ਭਾਨਾ ਸਿੱਧੂ ਦੀਆਂ ਭੈਣਾਂ ਅੱਜ ਕੀ ਕਹਿ ਰਹੀਆਂ ਸੀ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਆ ਜਾ ਕੇ? ਦੇਖੋ, ਭਾਨਾ ਸਿੱਧੂ ਦੀਆਂ ਭੈਣਾਂ ਨੇ ਜਿਹੜੀਆਂ, ਉਹ ਤਾਂ ਵਿਚਾਰੇ ਬਾਈ ਸਾਨ ਜਿਹੜੇ ਪਰਿਵਾਰ ਨਹੀਂ ਆਏ ਹੁੰਦੇ ਨਾ, ਉਹ ਤਾਂ ਵੈਸੇ ਹੀ ਸਾਨ ਮਾਰੇ ਜਾਂਦੇ, ਪਰ ਉਹ ਭੈਣਾਂ ਦਲੇਰ ਇਹੋ ਜਿਹੀ ਗੱਲ ਨਹੀਂ ਹੈਗੀ। ਮੈਂ ਹੁਣ ਘਰੋਂ ਹੀ ਮਿਲ ਕੇ ਆ, ਮੈਂ ਕੋਈ ਗੱਲ ਨਹੀਂ ਭੈਣੇ, ਤੁਹਾਡੇ ਨਾਲ ਪੂਰਾ ਪੰਜਾਬ ਖੜਾ ਹੈ, ਪੂਰੇ ਪੰਜਾਬ ਦੀਆਂ ਮਾਵਾਂ ਭੈਣਾਂ ਖੜੀਆਂ, ਕੋਈ ਗੱਲ ਨਹੀਂ। ਦੇਖਦੇ ਹਾਂ ਕਿੱਡਾ ਕੁ ਜ਼ੁਲਮ ਕਰਦੇ ਆ, ਇਹਨਾਂ ਦੇ ਜ਼ੁਲਮ ਦਾ ਟਾਕਰਾ ਸਬਰ ਨਾਲ ਕਰਨਾ, ਕੋਈ ਗੱਲ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਉੱਠਣਗੇ ਪੰਜਾਬ ਦੀਆਂ ਮਾਵਾਂ ਵੀ ਉੱਠਣਗੀਆਂ, ਭੈਣਾਂ ਵੀ ਉੱਠਣਗੀਆਂ, ਆਉਣਗੀਆਂ ਸੜਕਾਂ 'ਤੇ, ਇਹ ਜਾਮ ਹੋਣਾ ਪੂਰਾ ਪੰਜਾਬ। ਇਹ ਗੱਲ ਯਾਦ ਰੱਖਿਓ, ਇਹ ਬਹੁਤ ਭੁਲੇਖੇ 'ਚ ਫਿਰਦਾ ਵੀ ਪਤਾ ਨਹੀਂ ਮੈਂ ਐਂ ਦੱਬ ਲੂੰਗਾ, ਨਹੀਂ ਦੱਬਿਆ ਜਾਣਾ। ਇਸ ਕਰਕੇ ਉਹਦਾ ਚੜ੍ਹਦੀ ਕਲਾ 'ਚ ਹੈ ਅਤੇ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਯਾਰ ਦੇਖੋ, ਸਾਡੇ ਕੋਲ ਸਾਡਾ ਬਹੁਤ ਵੱਡਾ ਇਤਿਹਾਸ ਪਿਆ, ਬੜੀਆਂ ਮੁਸੀਬਤਾਂ ਆਈਆਂ, ਨਿੱਕੀਆਂ ਨਿੱਕੀਆਂ ਜਿੰਦਾਂ ਦੇ ਉੱਤੇ ਵੀ ਮੁਸੀਬਤਾਂ ਆਈਆਂ, ਹੈ ਨਾ। ਢਹਿੰਦੀ ਕਲਾ 'ਚ ਨਹੀਂ ਕਦੇ ਗਏ ਅਤੇ ਨਾ ਜਾਣਾ, ਅਤੇ ਨਾ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਐਵੇਂ ਨਾ ਕੋਈ ਮਾੜਾ ਮੋਟਾ ਥਾਣੇਦਾਰ ਫੋਨ ਕਰਦਾ, ਤੁਸੀਂ ਪੈਰ ਲੱਕਾ ਮਾਰਦਾ, ਤੁਸੀਂ ਗੇਰ ਜਾ ਕੱਢ ਜਾਂਦੇ ਹੋ, ਕੋਈ ਗੱਲ ਨਹੀਂ ਬਾਈ। ਉਹ ਫੋਨ ਕਰ ਰਹੇ ਆ ਵੀ ਥਾਣੇ ਆ, ਉਹਨਾਂ ਨੂੰ ਕੋਈ, ਅਸੀਂ ਨਾ ਸਾਡੇ ਖਿਲਾਫ਼ ਕੋਈ ਵਾਰੰਟ ਆ, ਨਾ ਮੁਕੱਦਮਾ ਦਰਜ ਹੈ, ਅਸੀਂ ਥਾਣੇ ਨਹੀਂ ਆਉਣਾ। ਉਹਨਾਂ ਦੀਆਂ ਆਈਡੀਆਂ ਦੇਖ ਰਹੇ, ਅਸੀਂ ਕੋਈ ਆਈਡੀ ਨਹੀਂ ਦਿਖਾਉਣੀ। ਇਹ ਕਿਹੜਾ ਕਾਨੂੰਨ ਆ? ਤੁਸੀਂ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ? ਭਗਵੰਤ ਕਹਿੰਦਾ ਲੋਕਤੰਤਰ ਮਾਰਤਾ ਮੋਦੀ ਨੇ, ਤੂੰ ਲੋਕਤੰਤਰ ਦੀ ਕੀ ਕਰ ਰਿਹਾ ਪੰਜਾਬ ਦੇ, ਇੱਥੇ ਪੰਜਾਬ 'ਚ ਕੀ ਕਰ ਰਿਹਾ? ਜਵਾਬ ਦੇਣਗੇ। ਇਹਨਾਂ ਨੇ ਪਿੰਡਾਂ 'ਚ ਵੜਨਾ, 24 ਆ ਗਈ, ਅਤੇ ਮੈਂ ਮਾਵਾਂ ਭੈਣਾਂ ਨੂੰ ਬੇਨਤੀ ਕਰਦਾ, ਉੱਥੇ ਖੜਾ ਕੇ ਨਾ ਇਹਨਾਂ ਦੇ ਐਮ ਐਲ ਏ ਨੂੰ, ਇਹਨਾਂ ਦੇ ਮੰਤਰੀਆਂ ਨੂੰ, ਇਹਨਾਂ ਦੇ ਮੂਹਰਲੇ ਕਢਾ ਮਚਾਉਂਦਾ, ਉਹਨਾਂ ਨੂੰ ਸਵਾਲ ਪੁੱਛਣਾ ਵੀ ਭਾਨੇ ਦੀਆਂ ਭੈਣਾਂ ਦਾ ਕੀ ਕਸੂਰ ਸੀ, ਭਾਨੇ ਦੇ ਭਰਾ ਦਾ ਕੀ ਕਸੂਰ ਸੀ, ਭਾਨੇ ਦਾ ਕੀ ਕਸੂਰ ਸੀ ਜਿਹਨੂੰ ਨੰਗਾ ਕਰਾ ਕੇ, ਜਲੀਲ ਕਰਾ ਕੇ, ਬਰਫ਼ 'ਤੇ ਲਟਾ ਕੇ, ਠੰਡੇ ਪਾਣੀ ਸਿਰ 'ਚ ਪਾ ਕੇ, ਸਿਰ 'ਚ ਛਿੱਤਰ ਮਰਵਾ ਕੇ ਉਹਦੀ ਵੀਡੀਓ ਬਣਾ ਕੇ ਦੇਖਦਾ ਸੀ, ਕੀ ਕਸੂਰ ਸੀ ਭਾਨੇ ਦਾ? ਕੀ ਕਸੂਰ ਲੱਖੇ ਸਿਧਾਣੇ ਦਾ? ਚਿੱਟੇ ਦਾ ਪਰਚਾ ਤਰਨ ਤਰਨ ਦੇ ਤਾ ਤੁਸੀਂ ਇੱਕ ਸਾਲ ਪਹਿਲਾਂ, ਅੱਜ 307 ਦਾ ਇਰਾਦਾ ਕਰਦਾ ਦੇਦਾ, ਕੀ ਕਸੂਰ ਆ ਬਈ ਉਹਨਾਂ ਬੰਦਿਆਂ ਦਾ? ਉਹ ਕੀ ਕਰ ਰਿਹਾ? ਤੇਰੇ ਡਾਂਗ ਮਾਰਦੇ ਆ, ਤੁਹਾਨੂੰ ਗਾਲਾਂ ਕੱਢਦੇ ਆ, ਸਵਾਲ ਤਾਂ ਪੁੱਛਦੇ ਨੇ ਯਾਰ। ਤੇ ਤੂੰ ਤਾਂ ਇੱਥੇ ਸਿਮਰੋ ਭਾਬੀ, ਸੁਖਬੀਰ ਮੰਦ ਬੁੱਧੀ ਹੈ, ਇਹ ਡਲਾ ਮਾਰੂ ਕਿਸੇ ਦੇ, ਕੈਪਟਨ ਦੀ ਦਾੜੀ ਆਏ ਆ, ਕੈਪਟਨ ਦੀ ਪਜਾਮੀ ਆਏ ਆ, ਕੈਪਟਨ ਰੂਸਾ ਲਈ ਫਿਰਦਾ, ਇੱਕ ਇਕਲੀ ਕਲੀਰ ਦੀ ਪੱਗ ਸੁਖਬੀਰ ਦੀ, ਚਿੱਟਾ ਮੇਰੇ ਭਾਈ ਦਾ, ਸ਼ਰਿਆਂ ਬਖਾਈ ਦਾ, ਕੀ ਸੁਣਾਉਂਦਾ ਹੁੰਦਾ ਸੀ ਯਾਰ? ਤੈਨੂੰ ਵਾਲੇ ਲੰਮਾ ਪਾਇਆ ਜੇ ਤੈਨੂੰ ਕਿਤੇ, ਤੂੰ ਕਹਿੰਦਾ ਤੁਸੀਂ ਅੰਨਾ ਅੰਦੋਲਨ ਦੇ ਉਹ 'ਚੋਂ ਨਿਕਲੇ ਹੋ, ਜੇ ਕਦੇ ਉਦੋਂ ਹੀ ਦੱਬੇ ਹੁੰਦੇ, ਜੇ ਉਦੋਂ ਹੀ ਕਦੇ ਤੁਹਾਨੂੰ ਐਂ ਕੁਚਲਦਾ ਹੁੰਦਾ, ਤੂੰ ਤੂੰ ਐਮ ਪੀ ਬਣਦਾ, ਤੂੰ ਮੁੱਖ ਮੰਤਰੀ ਬਣਦਾ? ਉਹ ਕਿਹੜਾ ਮੁੱਖ ਮੰਤਰੀ ਨਹੀਂ ਸੀ ਜਿਵੇਂ ਤੂੰ ਅੱਜ ਲੋਕਾਂ ਨੂੰ ਦੱਬਣ ਨੂੰ ਫਿਰਦਾ? ਤੈਨੂੰ ਕਿਸੇ ਨੇ ਕੁਛ ਕਿਹਾ? ਕੋਈ ਮੁਕੱਦਮਾ ਦਰਜ ਹੋਇਆ ਕਿ ਥਾਣੇ ਵੀ ਕਿ ਤੈਨੂੰ ਕਿਸੇ ਨੇ ਬੁਲਾਇਆ ਹੋਵੇ? ਜਿੰਨੀ ਮਤਲਬ ਕਿ ਤੂੰ ਸ਼ਰਮ ਲਾਹੀ ਸੀ, ਜਿਵੇਂ ਤੂੰ ਉਸ ਬੁੜੀਆਂ ਤੱਕ ਨੂੰ ਵੀ, ਬੀਬੀਆਂ ਤੱਕ ਨੂੰ ਵੀ ਕੀ ਬੋਲਦਾ ਰਿਹਾ? ਅਸੀਂ ਐਂ ਤਾਂ ਕਦੇ ਬੋਲਦੇ ਨਹੀਂ ਯਾਰ, ਅਸੀਂ ਤਾਂ ਤੇਰੇ, ਮੈਂ ਕਹਿੰਦਾ ਤੂੰ ਅੱਜ, ਤੈਨੂੰ ਫਿਕਰ ਆ ਕਿ ਮੇਰੇ ਬੱਚਾ ਆਉਣ ਵਾਲਾ ਨਵਾਂ, ਤੂੰ ਸਟੇਜ 'ਤੇ ਬੋਲਦਾ। ਅਸੀਂ ਕਹਿੰਦੇ ਭਾਈ ਪਰਮਾਤਮਾ ਤੰਦਰੁਸਤ ਬੱਚਾ ਪੈਦਾ ਕਰੇ, ਉਹ ਵੀ ਰੱਬ ਦਾ ਜੀ ਆ, ਉਹਨੇ ਦੁਨੀਆ 'ਤੇ ਆਉਣਾ। ਪਰ ਜਿਹੜੀਆਂ ਤੈਨੂੰ ਆਪਣਾ ਫਿਕਰ, ਆਪਣੇ ਬੱਚੇ ਦਾ ਫਿਕਰ, ਆਪਣੀ ਘਰਵਾਲੀ ਦਾ ਫਿਕਰ ਆ, ਅਤੇ ਜਿਹੜੀਆਂ ਕੁੜੀਆਂ ਭਾਨੇ ਦੀਆਂ ਭੈਣਾਂ ਨੇ ਯਾਰ, ਤੂੰ ਉਹ ਕਿਸੇ ਦੀਆਂ ਧੀਆਂ ਨਹੀਂ, ਭੈਣਾਂ ਨਹੀਂ, ਕਿਸੇ ਦੀਆਂ ਮਾਵਾਂ ਨਹੀਂ, ਇਹ ਤਾਂ ਸੋਚਣਾ ਯਾਰ, ਤੂੰ ਕਿਹੜੇ ਰਾਹਾਂ 'ਤੇ ਪੈ ਗਿਆ? ਤੂੰ ਦੇਖ, ਆਪਾਂ ਆ ਜ਼ਕਰੀਆ ਖਾਨ ਦੀ, ਮੱਸੇ ਰੰਗੜ ਦੀ, ਬਦਾਲੀਆਂ ਦੀ, ਬੱਚੇ ਬਿਆਨਤੇ ਬੁੱਚੜ ਦੀ ਗੱਲ ਕਰਦੇ ਹਾਂ ਵੀ ਕਿਵੇਂ ਸਾਡੀਆਂ ਕੁੜੀਆਂ ਚੱਕ ਕੇ ਲੈਂਦੇ, ਕਿਵੇਂ ਕੁੜੀਆਂ ਦੇ ਨਾਲ ਬਿਆਨਤੇ ਬੁੱਚੜ ਨੇ ਥਾਣੇ 'ਚ ਨੰਗੀਆਂ ਕਰਾ ਕਰਾ ਕੇ, ਕਿਵੇਂ ਬੇਪੱਤੀਆਂ ਕਰਾਈਆਂ, ਕਿਵੇਂ ਜਲੀਲ ਕਰਾਈਆਂ, ਅਤੇ ਤੂੰ ਕਿਹੜੀ ਗੱਲੋਂ ਘੱਟ ਰਹਿ ਗਿਆ? ਅੱਜ ਆ ਭਾਨੇ ਦੇਗਾ ਤੂੰ ਭਰਾ, ਅਤੇ ਉਦੋਂ ਗਾ ਕੁੜੀਆਂ ਦੋਨਾਂ ਭੈਣਾਂ ਦੇ ਪਰਚਾ ਦੇਤਾ, ਕਿਹੜੀ ਗੱਲੋਂ ਘੱਟ ਹੈ? ਇਹਦਾ ਜਵਾਬ ਲੋਕ ਲੈਣਗੇ, ਅਤੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਬਾਈ ਇਹ ਜ਼ਰੂਰ ਜਵਾਬ ਲਿਓ, ਅਸੀਂ ਤਾਂ ਲੜਾਂਗੇ, ਕੋਈ ਗੱਲ ਨਹੀਂ, 307 ਜਿਹੜਾ ਮਰਜ਼ੀ ਪਰਚਾ ਦੇਣ, ਚੱਕ ਕੇ ਅੰਦਰ ਸਿੱਟ ਦੇਣ, ਆ ਮੈਂ ਤੁਹਾਡੇ ਕੋਲ ਖੜਾਂ, ਨਾ ਮੈਂ ਭੱਜਿਆ ਕਦੇ, ਫਿਰ ਨਾ ਮੈਂ ਭੱਜਣਾ, ਅਤੇ ਨਾ ਹੀ ਮੇਰਾ ਕੰਮ ਆ ਮੈਂ ਲੁਕਦਾ ਭੱਜਦਾ। ਹਾਂ, ਸੰਘਰਸ਼ ਦੇ ਵਿੱਚ ਰੂਪੋਸ਼ ਵੀ ਹੋਣਾ ਪੈਂਦਾ, ਫੋਨ ਵੀ ਬੰਦ ਕਰਨੇ ਪੈਂਦਾ, ਰੂਪੋਸ਼ ਹੋ ਕੇ ਮੋਰਚਿਆਂ 'ਚ ਪਹੁੰਚਣਾ ਵੀ ਪੈਂਦਾ, ਇਹ ਵੀ ਪੈਂਤੜੇਬਾਜ਼ੀ ਹੁੰਦੀ ਹੈ। ਪਰ ਜੇ ਤੁਸੀਂ ਕਹੋਗੇ ਮੈਂ ਐਂ ਡਰ ਕੇ ਮੇਰੀ ਆਵਾਜ਼ ਦੱਬ ਕੇ, ਤਾਂ ਇਹ ਭੁਲੇਖਾ ਤੂੰ ਮਰਵਾ ਦੀ, ਭਾਵੇਂ ਜਿੱਦੇ ਮਰਜ਼ੀ, ਤੇਰੇ ਕੋਲ ਸਾਰਾ ਕੁਛ ਭਰਾਵਾ, ਬੰਦੇ ਬਥੇਰੇ ਆ ਤੇਰੇ ਕੋਲ, ਇਹ ਸੇਵਿਆਂ 'ਚ ਪਿਆ ਵੀ ਆ ਕੇ ਇੱਕ 'ਤੇ ਜੜ ਕੇ ਬੋਲੂਗਾ, ਗੱਲ ਯਾਦ ਰੱਖੀ।
ਕਈ ਨੌਜਵਾਨ ਤਾਂ ਘਰੋਂ ਡਰਦੇ ਨਹੀਂ ਨਿਕਲਦੇ ਕਿ ਲੱਖਾਂ ਸਿਧਾਣਾ ਨਹੀਂ ਸਰਕਾਰ ਨੇ ਬਖਸ਼ਿਆ, ਭਾਨਾ ਸਿੱਧੂ ਨਹੀਂ ਬਖਸ਼ਿਆ, ਉਹਨਾਂ ਦਾ ਪਰਿਵਾਰ ਨਹੀਂ ਬਖਸ਼ਿਆ, ਅਸੀਂ ਗਏ ਤਾਂ ਸਾਡੇ 'ਤੇ ਵੀ ਤੰਗੀ ਤੁਰਸ਼ੀ ਉਹੀ ਆਉਣੀ ਆ, ਪਰਚੇ ਪੈਣਗੇ। ਕੋਈ ਨਹੀਂ, ਦੇਖ ਸਾਡੀਆਂ ਰਗਾਂ 'ਚ ਬਾਗੀਆਂ ਦਾ ਖੂਨ, ਇਹ ਤਾਂ ਚੱਲਦਾ ਰਹਿਣਾ। ਇਹ ਇੱਥੇ ਜ਼ੁਲਮ ਦੇ ਖਿਲਾਫ਼ ਬਗਾਵਤ ਉੱਠੀ ਆ, ਇਹ ਸਾਡੇ ਗੁਰੂਆਂ ਦੇ ਫਲਸਫੇ ਸਿਧਾਂਤ ਨੇ, ਸਾਡੇ ਯੋਧਿਆਂ ਦੇ ਕੀਤੇ ਹੋਏ ਸਾਰੇ ਉਹ ਕੰਮ ਜਿਹੜੇ ਸਾਡੇ ਸਾਹਮਣੇ ਪਈਆਂ ਨੇ ਉਦਾਹਰਨਾਂ ਕੁਰਬਾਨੀਆਂ, ਇਹ ਨਹੀਂ ਦੱਬਿਆ ਜਾਣਾ। ਇਹ ਬਹੁਤ ਵੱਡੇ ਵੱਡੇ ਆਏ ਭੁਲੇਖਾ ਪਾਲ ਕੇ, ਬਥੇਰੇ ਇੱਥੇ ਧਾੜ ਵੀ ਚੜ੍ਹ ਚੜ੍ਹ ਬੜੀਆਂ ਹਕੂਮਤਾਂ ਆਈਆਂ, ਇਹ ਭੁਲੇਖਾ ਸ਼ਾਇਦ ਭੰਤ ਨੇ ਪਾਲ ਲਿਆ। ਇਹ ਜਿਵੇਂ ਮੋਦੀ ਦੱਬੀ ਤੁਰਿਆ ਆਉਂਦਾ, ਸਾਰਿਆਂ ਦੀ ਆਵਾਜ਼ ਦੱਬ ਰਿਹਾ, ਮੈਂ ਐਂ ਦੱਬ ਕੇ ਡੰਡੇ ਦੇ ਜ਼ੋਰ 'ਤੇ ਪੁਲਿਸ ਦੇ ਬਲ ਦੇ ਨਾਲ ਮੈਂ ਦਬਾ ਲੂੰਗਾ, ਮੀਡੀਆ ਮੈਂ ਖਰੀਦ ਲਿਆ, ਠੀਕ ਹੈ, ਜਿਹੜਾ ਮਾੜਾ ਮੋਟਾ ਬੱਚਾ ਉਹ ਬੋਲਦਾ ਉਹ ਮੈਂ ਦੱਬ ਲਿਆ, ਆਵਾਜ਼ਾਂ ਮੈਂ ਕਿਸੇ ਨੂੰ ਮਰਵਾਤਾ ਮੂਸੇ ਵਾਲੇ ਨੂੰ, ਠੀਕ ਹੈ, ਕਿਸੇ ਨੂੰ, ਹੁਣ ਮੂਸੇ ਵਾਲੇ ਦੀ ਗੱਲ ਆਪਾਂ ਵਾਰ ਵਾਰ ਕਿਉਂ ਕਰਦੇ ਹਾਂ, ਅੱਜ ਵੀ ਇਹਦਾ ਸੱਜੀ ਖੱਬੀ ਬਾਂਹ ਹੈ, ਬਲਤੇਜ ਪੰਨੂ ਜੀ ਨੇ ਸਿਕਿਉਰਟੀ ਲੀਕ ਕੀਤੀ, ਉਹਦੀ ਤਾਂ ਸਿਕਿਉਰਟੀ ਘਟਾਉਣ ਦੀ ਗੱਲ ਕੀਤੀ ਤਾਂ ਉਹ ਮਰਿਆ, ਅਗਲੇ ਨਾਲ ਦੀ ਨਾਲ ਦੁਸ਼ਮਣ ਨੇ ਅਟੈਕ ਕੀਤਾ। ਇਹ ਜਿਹੜੀਆਂ ਗੱਲਾਂ ਕਰ ਰਿਹਾ ਅੱਜ ਵੀ, ਤਾਂ ਇਹ ਬਹੁਤ ਵੱਡਾ, ਮੈਂ ਕਹਿੰਦਾ ਦੇਖ ਭਾਂਦੇ ਨੂੰ ਸੁੱਟ ਲਿਆ ਅੰਦਰ, ਲੱਖੇ ਨੂੰ ਸੁੱਟ ਲਏਗਾ, ਹੋਰ ਵੀ ਹੈ 50 ਨੂੰ ਸੁੱਟ ਲਏਗਾ, ਕਿੰਨੇ ਕੁ ਨੂੰ ਸੁੱਟੇਗਾ। ਚਲੋ ਮੁੰਡੇ ਤਾਂ ਤੁਸੀਂ ਕਈ ਦਿਨਾਂ ਤੋਂ ਲੱਗੇ ਹਾਂ, ਭਾਨਾ ਸਿੱਧੂ ਵੀ ਕਹਿੰਦਾ ਕਿ ਮੈਂ ਡੋਲਦਾ ਨਹੀਂ ਅੰਦਰੋਂ, ਜਿੰਨੀ ਕੁ ਵਿਵਾਦ ਗੱਲਬਾਤ ਆਈ ਤੁਸੀਂ ਵੀ ਕਿਹਾ ਕਿ ਅਸੀਂ ਤਾਂ ਲੜਾਈ ਲੜਨੀ ਹੈ, ਪਰ ਹੈਰਾਨੀ ਦੀ ਗੱਲ ਹੈ, ਸਾਡੇ 'ਤੇ ਚੱਕ ਕੇ ਇਰਾਦਾ ਕਤਲ ਦਾ ਪਰਚਾ, ਪਰਿਵਾਰ 'ਤੇ ਜਿਹੜੇ ਕੋਈ ਵੀਡੀਓ ਬਣਾਉਣ ਵਾਲੇ ਯੂਟਿਊਬਰ ਸੀ ਉਹਨਾਂ ਦੇ ਪਰਚਾ ਦੇਤਾ। ਹੁਣ ਜਿਹੜਾ ਵਰਤਾਂਤ ਮੇਰੇ ਖਿਲਾਫ਼ ਕੁਛ ਅਖੌਤੀ ਬਕਾਊ ਪੱਤਰਕਾਰਾਂ ਨੇ, ਕੁਛ ਅਖੌਤੀ ਬੰਦਿਆਂ ਨੇ ਮੇਰੇ ਖਿਲਾਫ਼ ਵਰਤਾਂਤ ਘੜਿਆ, ਲੱਖਾਂ ਮਿਲ ਕੇ ਪਹੁੰਚ ਗਿਆ ਜੀ, ਜੇ ਲੱਖਾਂ ਘਰੇ ਫੜਿਆ ਜਾਂਦਾ ਤਾਂ ਕਹਿੰਦੇ ਲੱਖਾਂ ਘਰੇ ਮਿਲ ਕੇ ਬੈਠ ਗਿਆ ਜੀ, ਬਰਖੁਦਾਰ ਹੋ ਗਿਆ, ਸਾਥੀ ਨਾਲ ਹੋਇਆ ਐਵੇਂ ਸੁੱਖ ਜਗਰਾਉਣ ਨਾਲ, ਦੂਜੇ ਲੋੜ ਜਾਣੇ ਵੀ ਕਿਸੇ ਪਾਸੇ ਬਖਸ਼ਦੇ ਨਹੀਂ ਹੈਗੇ। ਮੈਂ ਲੋਕਾਂ ਨੂੰ ਨਹੀਂ ਕਹਿੰਦਾ, ਲੋਕਾਂ ਦਾ ਬਹੁਤ ਵੱਡਾ ਸਾਥ ਰਿਹਾ, ਅੱਜ ਵੀ ਲੋਕ ਨਾਲ ਆ, ਸਾਥ ਦੇਣਗੇ ਲੋਕ, ਪਰ ਉਹ ਬੰਦੇ ਜਿਹਨਾਂ ਤੋਂ ਗੱਲ ਬਰਦਾਸ਼ਤ ਨਹੀਂ ਹੋਈ ਲੱਖਾਂ ਕਿਵੇਂ ਪਹੁੰਚ ਗਏ, ਉਹਨਾਂ ਨੇ ਇੱਕ ਮਾਹੌਲ ਸਿਰਜਿਆ ਕਿ ਦੇਖੋ ਜੀ ਲੱਖਾਂ ਤਾਂ ਉੱਥੇ ਸੈਟਿੰਗ ਕਰਕੇ ਪਹੁੰਚ ਗਿਆ। ਹੁਣ ਭਰਾਵੋ ਇਹ ਵੀ ਕੱਲ੍ਹ ਨੂੰ ਕਹਿ ਦਿਓ ਵੀ ਆ ਸੈਟਿੰਗ ਨੇ ਪਰਚਾ ਕਰਾ ਲਿਆ, ਤੈਨੂੰ ਸੱਤ ਦਾ ਸੈਟਿੰਗ ਨੇ, ਉਹਨਾਂ ਭੈਣਾਂ ਨੇ ਵੀ ਗੰਢ ਤੋਂ ਆਪਣਾ ਪਰਚਾ ਕਰਾ ਲਿਆ, ਕਿਤੇ ਤਾਂ ਮਾੜੀ ਮੋਟੀ ਸ਼ਰਮ ਕਰੋ, ਕਿਤੇ ਸੱਚ ਦਾ ਸਾਥ ਦਿਓ ਯਾਰ, ਕਿਉਂ ਤੁਸੀਂ ਸਰਕਾਰ ਦੇ ਹੱਥ ਠੋਕੇ ਬਣ ਕੇ ਮਾਹੌਲ ਸਿਰਜਦੇ ਹੋ, ਕੀ ਲੱਖਾਂ ਮਾੜਾ ਕਰ ਰਿਹਾ, ਲੱਖਾਂ ਤਾਂ ਉਹਨੂੰ ਕਿਉਂ ਚੁਭਦਾ ਯਾਰ, ਲੱਖੇ ਨੇ ਮਾੜਾ ਕੀ ਕਰਤਾ ਪੰਜਾਬ ਦਾ, ਹੁਣ ਤੱਕ ਲੱਖਾਂ ਲੜਦਾ ਲੋਕਾਂ ਲਈ ਫਿਰਦਾ ਯਾਰ। ਪਰ ਇਹ ਗੱਲ ਜਿਹੜੀ ਹੁਣ ਲੋਕਾਂ ਨੂੰ ਮੈਂ ਕਹਿੰਦਾ ਕਿ ਇਹ ਚਾਨਣਾ ਹੋ ਜਾਣਾ ਚਾਹੀਦਾ ਵੀ ਜਿਹੜਾ ਸਰਕਾਰਾਂ ਕਰਦੀਆਂ ਨੇ, ਅਸਲ ਪਤਾ ਕੀ ਆ, ਇਸ ਵੇਲੇ ਵੀ ਕੀ ਕਰ ਰਹੀ ਹੈ ਸਰਕਾਰ ਜਾਂ ਪੁਲਿਸ ਕੀ ਕਰ ਰਹੀ ਹੈ। ਕੱਲ੍ਹ DIG ਭੁੱਲਰ ਨੇ ਪਟਿਆਲੇ ਭਾਨੇ ਦੇ ਪਰਿਵਾਰ ਦੇ ਮੈਂਬਰ ਬੁਲਾ ਲਏ, ਕੁਛ ਬੰਦੇ ਪਿੰਡ 'ਚੋਂ ਮੋਤਬਰ ਬੰਦੇ ਬੁਲਾ ਲਏ, ਤੁਸੀਂ ਜੀ ਜ਼ਮਾਨਤ ਕਰਾ ਲਓ, ਵਕਾਲਤਨਾਮਾ ਦੇ ਦਿਓ। ਤੁਹਾਡੇ ਕੋਲ ਤਾਂ ਕਹਿ ਰਹੇ ਸੀ ਕਿ ਬਿਨਾਂ ਜ਼ਮਾਨਤ ਆਊਗਾ, ਲਿਖਤੀ ਦੇਈ ਬੈਠੇ ਆ, ਬੋਲ ਕੇ ਗਏ ਆ ਦੂਜੇ ਪਾਸੇ ਪਰਿਵਾਰ ਨੂੰ, ਜਾਣੇ ਟੋ ਟੋ ਕੇ ਦੇਖਦੇ ਆ, ਡੁੱਡ ਪਾੜਦੇ ਆ ਬੰਦਿਆਂ ਨੂੰ। ਹੁਣ ਇੱਥੇ ਮੁੰਡੇ ਨੂੰ ਬੁਲਾ ਲੈਂਦੇ ਕੋਈ ਸੱਚੋ, ਫੋਨ ਕਰਦਾ ਥਾਣੇ 'ਚ, ਯਾਰ ਥਾਣੇ ਜਾ ਕੇ ਜਾਈ, ਉਹ ਵਗ ਜਾਂਦਾ ਅਗਲਾ, ਤੇਰੇ ਨਾਨਕੇ ਕੱਚੇ ਆ, ਕਿੰਨੀਆਂ ਭੂਆ ਕੱਚੇ ਪੈ ਗਈਆਂ, ਕਿੰਨੀਆਂ ਮਾਸੀਆਂ ਕੱਚੇ ਪੈ ਗਏ, ਉਹ ਸਾਰਾ ਲਿਖਣ ਲੱਗ ਗਏ, ਜਿਹੜੇ ਡਰਾ ਰਹੇ ਨੇ। ਜਿਵੇਂ ਦਹਿਸ਼ਤ ਪਾਈ ਸੀ ਨਾ ਜਿਹਨੂੰ NSA ਲਾਈ ਹੈ, ਡਰ ਬਣਾਇਆ ਲੋਕਾਂ 'ਚ, ਲੋਕਾਂ ਨੂੰ ਘਰਾਂ 'ਚ ਤਾੜਤਾ, ਉਹੀ ਡਰ ਹੁਣ ਬਣਾ ਰਹੀ ਹੈ। ਪਰ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ, ਪੰਜਾਬ ਦੇ ਲੋਕਾਂ ਨੂੰ ਵੀ ਡਰੋ ਨਾ, ਜੇ ਡਰ ਕੇ ਉਹ ਡਰਨ ਦਾ ਵੇਲਾ ਨਹੀਂ, ਘਰਾਂ ਤੋਂ ਨਿਕਲੋ। ਉੱਦਣ ਵੀ ਕਈ ਲੋਕ ਕਹਿ ਰਹੇ ਸੀ, ਅਸੀਂ ਵੀ ਜਦੋਂ ਕਵਰੇਜ ਕਰ ਰਹੇ ਸੀ ਉਦੋਂ ਅਸੀਂ ਵੀ ਮੌਜੂਦ ਸੀ, ਕਈ ਲੋਕ ਕਹਿੰਦੇ ਕਿ ਲੱਖਾਂ ਸਿਧਾਣਾ ਜਿਹੜੀ ਅਨਾਊਂਸਮੈਂਟ ਕਰ ਰਿਹਾ ਨਾ, ਸਾਨੂੰ ਆਇਆ ਕਿ ਪੁਲਿਸ ਨਾ ਬਦਲ ਜਾਵੇ, ਯਕੀਨ ਨਹੀਂ ਇਹਨਾਂ 'ਤੇ ਕੀਤਾ ਜਾ ਸਕਦਾ, ਕਹਿੰਦੇ ਸਾਡਾ ਇਹ ਮਨ ਮੰਨਦਾ ਨਹੀਂ ਇੱਥੋਂ ਜਾਣ ਨੂੰ, ਕਿਉਂਕਿ ਅਸੀਂ ਆ ਗਏ ਹੁਣ ਤਾਂ ਛੁਡਵਾ ਕੇ ਜਾਈਏ ਬਾਹਰ। ਪਰ ਕਹਿੰਦੇ ਕੁਝ ਲੋਕ ਉੱਥੇ ਸਹਿਮਤ ਸੀ, ਕੁਝ ਅਸਹਿਮਤ ਵੀ ਸੀ। ਅਸੀਂ ਪਹਿਲੀ ਗੱਲ ਤਾਂ ਵੀਰ ਮੇਰਿਆ, ਮੇਰੀ ਇਕੱਲੇ ਦੀ ਸਹਿਮਤੀ ਨਹੀਂ ਸੀ, ਅਗਵਾਈ ਕਰ ਰਹੀਆਂ ਸਾਰੀਆਂ ਕਿਸਾਨ ਧਿਰਾਂ ਦੀ ਸਹਿਮਤੀ ਹੋਈ ਹੈ, ਮੈਂ ਇਕੱਲਾ ਨਹੀਂ, ਸਾਰਿਆਂ ਦੀ ਦਸਖਤ ਹੈ, ਸਾਰਿਆਂ ਦੀ ਮੀਟਿੰਗ ਨਾਲ ਹੋਈ ਹੈ। ਮੈਨੂੰ 10 ਵਾਰੀ ਉੱਥੇ ਅਧਿਕਾਰੀਆਂ ਨੇ ADGP ਨੇ ਬੁਲਾਇਆ, ਤੁਸੀਂ ਗੱਲ ਕਰੋ ਜੀ, ਮੈਂ ਕਿਹਾ ਨਹੀਂ ਜੀ,
ਸਾਡੇ ਹਲੇ ਦੋ ਆਗੂ ਸੁਰਜੀਤ ਫੂਲ ਤੇ ਕਾਕਾ ਕੋਲੜਾ ਪਿੱਛੇ ਆ, ਆ ਜਾਣ ਦਿਓ। ਅਸੀਂ ਸਾਡੇ ਨਾਲ 3 ਵਜੇ ਦੇ ਉੱਥੇ ਲੱਗੇ ਗੱਲ ਕਰਨ, 4 ਵਜੇ ਦੇ ਉਹ ਆਇਆ 6:30 ਵਜੇ ਇੱਥੋਂ ਚੱਲ ਕੇ ਗਏ ਆਰਾਮਪੁਰ ਡੱਕੇ ਸੀ। ਬਿਲਕੁਲ ਉਹ ਆਏ ਜਦੋਂ ਅਸੀਂ, ਮੈਂ ਫਿਰ ਕਿਹਾ ਮੈਂ ਕਿਹਾ ਵੀ ਹੁਣ ਸਾਡੀ ਮੀਟਿੰਗ ਹੋਊ, ਫਿਰ ਅਸੀਂ ਸਾਂਝੀ ਰਾਏ ਬਣੂ, ਉਹ ਫੈਸਲਾ ਅਸੀਂ ਲਵਾਂਗੇ। ਮੈਂ ਇਕੱਲਾ ਕੋਈ ਫੈਸਲਾ ਨਹੀਂ ਲੈਂਦਾ, ਨਾ ਮੇਰਾ ਇਕੱਲੇ ਦਾ ਫੈਸਲਾ ਸੀ, ਨਾ ਮੈਂ ਥੋਪਿਆ। ਜੋ ਸਾਂਝਾ ਫੈਸਲਾ ਬਣਿਆ ਉਹਦੇ ਉੱਤੇ ਚਲੋ ਸਾਰਿਆਂ ਨੇ ਸੋਚਿਆ ਵੀ ਚਲੋ ਠੀਕ ਆ ਯਾਰ, ਜੇ ਆਪਾਂ ਤੋਂ 5-4 ਦਿਨ ਦਾ ਸਮਾਂ ਮੰਗਦੇ ਆ ਵੀ ਅਸੀਂ ਪੜਤਾਲ ਕਰਕੇ ਛੱਡ ਦਿਆਂਗੇ, ਐਡੇ ਅਧਿਕਾਰੀ 4 ਵੱਡੇ ਅਧਿਕਾਰੀ ਸਮਾਂ ਮੰਗ ਰਹੇ ਆ ਸਰਕਾਰ ਵੱਲੋਂ ਆਇਆ ਤਾਂ ਦੇ ਦੇਣਾ ਚਾਹੀਦਾ। ਕੱਲ੍ਹ ਨੂੰ ਇਹ ਇਹਨਾਂ ਨੂੰ ਬਹਾਨਾ ਮਿਲ ਜੇ ਵੀ ਅਸੀਂ ਸਮਾਂ ਮੰਗਦੇ ਸੀਗੇ, ਇਹਨਾਂ ਨੇ ਜਾਣ ਕੇ ਮਾਹੌਲ ਖਰਾਬ ਕੀਤਾ, ਟਕਰਾਅ ਕਰਾਤਾ ਲੋਕਾਂ ਦੇ ਪੁੱਤ ਫਸਾ।